अस्सलाम वालेकुम जी। अज भाइयों खबर देनी है, दिली दुख, बहुत ही वड्डा सदमा उस दे बारे विच ते जेड़ी मैं गल करनी है भाइयों, एक गौर नाल सुने है ते अपने पल्ले भी बने है। पहली गल ते भाइयों बा हर इंसान ने ना जिहड़ा भी दुनिया दे उत्ते है उस टुर जाना, उहदे जाण तों बाद ਉਹਦੀਆਂ ਜਿਹੜੀਆਂ ਗਵਾਹੀਆਂ ਨੇ ਨਾ, ਅਗਰ ਉਹਦੀ ਨੇਕ ਗਵਾਹੀ ਹੋਈ ਮੁਣ ਤੋਂ ਸਮਝੋ ਬੰਦਾ ਸਿੱਧਾ ਜੰਤੀ ਹੈ। ਲੇਕਿਨ ਦੁਨੀਆਂ ਦੇ ਉੱਤੇ ਹਰ ਇਨਸਾਨ ਦਾ ਆਪਾਂ ਆਪਣਾ ਇਖਲਾਕ, ਆਪਣੀਆਂ ਆਪਣੀਆਂ ਖੂਬੀਆਂ, ਆਪਣੀਆਂ ਆਪਣੀਆਂ ਖਾਮੀਆਂ ਹੁੰਦੀਆਂ ਨੇ। ਅੱਜ ਮੈਂ ਐਸੀ ਖੂਬੀ ਵਾਲੇ ਬੰਦੇ ਦੀ ਗੱਲ ਦੱਸੂਆਂ। ਵਾਲੀਬਾਲ ਦੀ ਦੁਨੀਆਂ ਦੇ ਵਿੱਚ ਇੱਕ ਰਾਟ ਬੰਦਾ, ਬੇਤਾਜ ਬਾਦਸ਼ਾਹ ਬੰਦਾ, ਮੇਰੀ ਮੁਰਾਦ ਜਨਾਬ ਜਮਸ਼ੇਦ ਅਕਬਰ ਵੜੈਚ, ਮੁਰਾਇਆ ਜ਼ਿਲ੍ਹਾ ਮੰਡੀ ਬਹਾਉਦੀਨ, ਉਹ ਇਸ ਦੁਨੀਆਂ ਤੋਂ ਕੂਚ ਕਰ ਗਿਆ। ਐਸਾ ਰਾਟ ਬੰਦਾ ਭਾਈਜਾਨ, ਵਾਲੀਬਾਲ ਖੇਡਦਾ ਹੀ ਯੂਰਪ 'ਚੋਂ ਜਾ ਕੇ, ਸਪੇਨ 'ਚ ਉਹਦੀ ਨੈਸ਼ਨੈਲਿਟੀ ਵੀ ਆਈ, ਯੂਰਪ 'ਚੋਂ ਵੀ ਖੇਡਿਆ ਹੈ, ਉਸ ਆਪਣੇ ਮੁਲਕ ਦਾ ਨਾਂ ਰੋਸ਼ਨ ਕੀਤਾ ਹੈ, ਆਪਣੇ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ ਹੈ, ਆਪਣੇ ਪਿੰਡ ਦਾ ਨਾਂ ਰੋਸ਼ਨ ਕੀਤਾ ਹੈ, ਪਾਕਿਸਤਾਨ ਦੇ ਵਿੱਚ, ਦੁਨੀਆਂ ਦੇ ਉੱਤੇ ਕਿਸੇ ਕੋਨੇ ਤੇ ਵੀ ਖੇਡਿਆ ਹੈ। ਉਸ ਬਾਈਆਂ ਆਪਣੇ ਨਾਂ, ਪਿੰਡ ਦਾ, ਆਪਣੇ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ ਹੈ, ਉਹ ਦੁਨੀਆਂ ਦੇ ਉੱਤੇ ਕਾਲ ਬਾਈਆਂ ਟੁਰ ਗਿਆ। ਜਿਸ ਦੇ ਬਾਰੇ 'ਚ ਇੱਕ ਸ਼ੇਰ ਵੀ ਹੈ, ਜਿਸ ਸੱਜ ਦੱਜ ਸੇ ਕੋਈ ਮਕਤਲ ਮੈਂ ਗਿਆ, ਵੋ ਸ਼ਾਨ ਸਲਾਮਤ ਰਹਿਤੀ ਹੈ, ਯੇ ਜਾਨ ਤੋ ਆਨੀ ਜਾਨੀ ਹੈ, ਇਸ ਜਾਨ ਕੀ ਕੋਈ ਬਾਤ ਨਹੀਂ। ਸਜਣਾ ਉਹ ਟੁਰ ਸਾਰੇ ਜਾਣਾ ਹੈ, ਲੇਕਿਨ ਮੋਸ਼ਨ ਸਮੋਟ ਵਾਲਾ, ਉਹਦੇ ਤੋਂ ਬਾਅਦ ਇੱਕ ਵੱਡਾ ਸਦਮਾ ਵਾਲੀਬਾਲ ਦੀ ਦੁਨੀਆਂ ਦੇ ਵਿੱਚ, ਜਿਹੜਾ ਕਿ ਜਮਸ਼ੇਦ ਅਕਬਰ ਵੜੈ ਸਾਹਿਬ ਦਾ ਹੈ, ਉਹ ਰਹੀ ਦੁਨੀਆਂ ਤੱਕ ਹਰ ਇਨਸਾਨ ਨੂੰ ਯਾਦ ਰਾ ਸੀਦਾ। ਉਹ ਜਿਵੇਂ ਸ਼ੇਰ ਵੀ ਹੈ ਨਾ ਕਿ ਅੱਖਾਂ ਜਦੋਂ ਮੀਟੀਆਂ ਹੋ ਜ਼ਮਾਨਾ ਮੈਨੂੰ ਰੋਵੇਗਾ, ਅੱਖਾਂ ਜਦੋਂ ਮੀਟੀਆਂ ਹੋ ਜ਼ਮਾਨਾ ਮੈਨੂੰ ਰੋਵੇਗਾ, ਆਪਣਾ ਤੇ ਆਪਣਾ ਬੇਗਾਨਾ ਮੈਨੂੰ ਰੋਵੇਗਾ। ਇਹ ਜਣੇ ਉਹ ਗੱਲ ਹੈ ਹਕੀਕਤ, ਜਮਸ਼ੇਦ ਅਕਬਰ ਵੜੈਚ ਦੁਨੀਆਂ ਤੋਂ ਗਿਆ ਹੈ ਨਾ, ਹਰ ਇਨਸਾਨ ਦੀ ਅੱਖ ਇਸ਼ਕਬਾਰ ਆਈ, ਹਰ ਇਨਸਾਨ ਦੀ ਅੱਖਾਂ ਵਿੱਚ ਆਂਸੂ ਹੀ ਆਂਸੂ ਆਉਣ। ਕਿਉਂ? ਐਸੀ ਉਹ ਦੋ ਖੂਬੀਆਂ ਦਾ ਮਾਲਕ ਆਈ ਜਿਹੜੀਆਂ ਕਿ ਹਰ ਪਲੇਅਰ ਵਿੱਚ ਖੂਬੀਆਂ ਨਹੀਂ ਹੋਣੀਆਂ। ਪਹਿਲੀ ਖੂਬੀ ਮੈਂ ਤੁਹਾਨੂੰ ਦੱਸਦਾ, ਜਿਸ ਮੈਚ 'ਤੇ ਵੀ ਉਹ ਬੰਦਾ ਖੇਡਿਆ, ਜਿੱਥੇ ਵੀ ਖੇਡਿਆ, ਪੈਸਾ ਹਰ ਬੰਦੇ ਨੂੰ ਪਿਆਰਾ ਹੈ, ਲੇਕਿਨ ਉਸ ਬੰਦੇ ਨੇ ਜਿਹੜਾ ਵੀ ਇਨਾਮ ਲੱਭਾ ਹੈ, ਉਹ ਬੰਦਾ ਪੈਸਾ ਉਹ ਇਨਾਮ ਵਾਲਾ ਘਰ ਲੈ ਕੇ ਨਹੀਂ ਗਿਆ। ਉਹ ਬੰਦਾ ਉੱਥੇ ਗਰੀਬਾਂ ਨੂੰ, ਚਾਹੇ ਉਹ ਅਨਾਊਂਸਮੈਂਟ 'ਤੇ, ਚਾਹੇ ਉਹ ਢੋਲੀ ਮਾਸਟਰ ਹੈ, ਚਾਹੇ ਉਹ ਮਾਸ਼ਕੀ ਹੈ, ਚਾਹੇ ਉਹ ਜਿਹੜਾ ਵੀ ਉੱਥੇ ਗਰੀਬ ਬੰਦਾ ਹੈ, ਉਹ ਉਹਨਾਂ ਨੂੰ ਪੈਸੇ ਵੰਡ ਕੇ ਗਿਆ। ਚੌਧਰੀ ਜਮਸ਼ੇਦ ਅਕਬਰ ਵੜੈਚ, ਮੁਰਾਲਾ ਵੜੈਚਾ, ਜ਼ਿਲ੍ਹਾ ਮੰਡੀ ਬਹਾਉਦੀਨ। ਕੱਚੇ ਕੋਠੇ ਹੀ 100-100 ਸਾਲ ਕਤੇਂਦੇ ਨੇ, ਕਈ ਕੰਮ ਦਾ ਕਾਠ ਤਾਂ ਹੋਵੇ, ਵੱਧ ਰਹਿੰਦੇ ਨੇ ਹੌਸਲੇ ਕੱਸਿਆਂ ਦੇ, ਪਿੱਛੂ ਦੇਖਦੀ ਹਾਕ ਤਾਂ ਹੋਵੇ, ਨਿਹਦਾ ਕੋਈ ਨਹੀਂ ਜੁਰਮ ਗਰੀਬ ਹੋਣ, ਕੁੱਝ ਫਰਮ ਦੀ ਠਾਠ ਤਾਂ ਹੋਵੇ, ਬੰਦਾ ਬਾਹਰ ਤੋਂ ਦਰਦ ਕਦਾ ਨਹੀਂ ਥੱਕਦਾ, ਪਰ ਲੱਗਦਾ ਰਾਤ ਤਾਂ ਹੋਵੇ। ਦੂਜੀ ਖੂਬੀ ਉਹਦੇ ਵਿੱਚ ਇਹ ਆਈ ਬਾਈਆਂ, ਕਿ ਦੁਨੀਆਂ ਦੇ ਉੱਤੇ ਜਿੱਥੇ ਵੀ ਉਸ ਮੈਚ ਖੇਡਿਆ ਬਾਈਆਂ, ਜਿਹੜੀ ਮੁਖਾਲਫ ਟੀਮ ਮੇਰੇ ਮੁਖਾਲਫ ਟੀਮ, ਉਹਦਿਆਂ ਪਲੇਅਰਾਂ ਨਾਲ ਉਸ ਤੂੰ ਤੂੰ ਮੈਂ ਨਹੀਂ ਕੀਤੀ। ਕਿਉਂ ਜੀ? ਕਿਉਂ ਜੇ ਟੀਮਾਂ ਵਿੱਚ ਚਪਕਲਸ਼ ਬਣ ਜਾਂਦੀ ਹੈ, ਕੋਈ ਪੁਆਇੰਟ ਤੋਂ ਮਸਲਾ ਬਣ ਗਿਆ, ਕੋਈ ਸਰਵਿਸ ਤੋਂ ਮਸਲਾ ਬਣ ਗਿਆ, ਲੇਕਿਨ ਉਹਦੇ ਬੰਦੇ ਅੰਦਰ ਇਤਨਾ ਹੌਸਲਾ, ਇਤਨਾ ਉਹਦੇ ਅੰਦਰ ਕਲੇਜਾ, ਉਸ ਬੰਦੇ ਕਿਸੇ ਬੰਦੇ ਨਾਲ ਰੰਗ ਨਹੀਂ ਵਟਾਇਆ। ਇਹ ਬਾਈਆਂ ਉਹਦੀਆਂ ਦੋ ਖੂਬੀਆਂ ਹਨ ਜਿਹੜੀਆਂ ਕਿ ਰਹਿ ਦੁਨੀਆਂ ਤੱਕ ਉਹਦੀਆਂ ਯਾਦ ਰੱਖਣ ਦੀਆਂ।
हुण मैनूं इजाजत दिओ अपने प्यारे नाल अल्लाह निगहबान।